ਸਰ ਫਰੋਤੀ ਦਾ ਹੀ ਮਾਮਲਾ ਹੈ। ਕੀ ਫਰੋਤੀ ਕੌਣ ਮੰਗ ਰਿਹਾ? ਪੈਸੇ ਮੰਗਦੇ ਆ ਜੀ। ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ 40 ਲੱਖ ਦੀ। ਇਹਦੇ ਸੰਬੰਧ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਿਤ ਕੀਤਾ? ਹਾਂ ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ? ਹਾਂਜੀ 2 ਵਾਰੀ ਅੱਗੇ ਹੋ ਗਿਆ ਜੀ। ਵਿੱਚ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ? ਹਾਂਜੀ। ਉਹ ਦੋਸ਼ੀ ਕੀ ਫੜੇ ਗਏ? ਦੋਸ਼ੀ ਪਹਿਲੇ ਦੇ ਸਾਡੇ 2023 ਚ ਜਿਹੜੇ ਹੋਏ ਅੰਦਰ ਆ। ਹਾਂਜੀ। ਜਿਹੜਾ 2024 ਚ ਉਹਨਾਂ ਦੀ ਵੈਸੇ ਡਿਮਾਂਡ ਹੋ ਗਈ। ਅੱਛਾ। ਹਾਂਜੀ। ਜਿਹੜੀ ਕੱਲ ਗੋਲੀ ਚੱਲੀ ਉਹ ਕਿੱਥੇ ਲੱਗੀ ਹੈ? ਉਹ ਦੁਕਾਨ ਦੇ ਸਭ ਤੋਂ ਪਰਲੇ ਕੋਲੇ ਤੇ ਲੱਗੀ। ਠੀਕ ਹੈ। ਇਹਦੇ ਸੰਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ? ਪੁਲਿਸ ਤੇ ਹੀ ਹੈ ਜੀ ਪੂਰਾ ਜ਼ੋਰ ਨਾਲ ਛਾਣਬੀਨ ਲਈ ਕਰਨ। ਸੀਸੀਟੀਵੀ ਵਗੈਰਾ ਕੈਮਰੇ ਚ ਆਈ? ਹਾਂਜੀ ਆਏ ਜੀ। ਉਹ ਮੂੰਹ ਬੰਨੇ ਆ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕ ਪਿੱਛੇ ਮਗਰ ਉਹ ਜਿਹੜੇ ਵਿੱਚ ਭੱਜ ਨਾ ਸਕੇ? ਹਾਂਜੀ ਹਾਂਜੀ ਜੀ, ਸਾਡੇ ਬੰਦੇ ਗਏ ਮਗਰ, ਉਹਨਾਂ ਕਾਰਨ ਕੀਤੀ ਹੈ 3-4 ਘੰਟੇ। ਹਾਂਜੀ। ਥੋੜ੍ਹਾ ਹੀ ਫਰਕ ਰਹਿ ਗਿਆ ਸਰ, ਇਹਦਾ ਕੱਲ੍ਹ ਕਾਬੂ ਆ ਜਾਣੇ। ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰ ਰਹੇ? ਤੇ ਤੁਹਾਨੂੰ ਪੁਲਿਸ ਵੱਲੋਂ ਮੇਰੇ ਖਿਲਾਫ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ? ਹਾਂਜੀ ਹਾਂਜੀ। ਉਦੋਂ ਇੱਥੇ ਮੌਜੂਦ ਸਨ? ਹਾਂਜੀ ਮੌਜੂਦ। ਇਹਨਾਂ ਵੱਲੋਂ ਕੋਈ ਕੀਤਾ ਕਿ? ਪਰ ਆਪਾਂ ਅੰਦਰ ਹਾਂ, ਜਿੰਨਾ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ। ਖਾਤੇ ਸਵਾਰ ਸੀ ਉਹ? ਹਾਂਜੀ ਖਾਤੇ ਸਵਾਰ ਸੀ ਉਹ। ਮੋਟਰਸਾਈਕਲ ਦੇ ਤੁਸੀਂ ਯਾਰ ਇਹਨਾਂ ਪਹਿਲਾਂ 1-2 ਰਾਊਂਡ? ਹਾਂ ਰਾਊਂਡ ਨਹੀਂ ਗੱਡੇ, ਮੈਂ 3-4 ਫੇਰੇ ਉਦਾਂ ਲਾਏ ਉਹਨਾਂ। ਅੱਛਾ। ਗੇੜੇ ਚੌਥੇ ਫੇਰੇ ਆਣ ਕੇ ਫੈਰਿੰਗ ਕੀਤੀ। ਕੋਈ ਤੁਹਾਨੂੰ ਕਿਸੇ ਤੇ ਸ਼ੱਕ? ਕੋਈ ਸ਼ੱਕ ਨਹੀਂ ਸਰ। ਕਿੰਨੇ ਰਾਊਂਡ ਜਿਹੜੀ ਉਹਨਾਂ ਨੂੰ ਫੈਰਿੰਗ ਕੀਤੀ ਗਈ? 1 ਰਾਊਂਡ ਕੱਢਿਆ ਉਹਨਾਂ ਨੇ। ਹੁਣ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ? ਮੰਗ ਪ੍ਰਸ਼ਾਸਨ ਦੀ ਸਾਨੂੰ ਸਹੀ ਫੈਸਲਾ ਦੇਵੇ, ਸਾਡੀ ਜਾਲ ਮਾਲ ਦੀ ਰਾਖੀ ਰੱਖੇ। ਉਹ ਜਿਹੜੀ ਤੁਹਾਨੂੰ ਥਰੈਡ ਕਾਲਸ ਆ ਰਹੀਆਂ ਨੇ, ਇੱਥੇ ਲੋਕਲ ਨੰਬਰ ਤੋਂ ਆ ਰਹੀਆਂ ਕਿ? ਨਹੀਂ ਜੀ ਬਾਹਰ ਦੇ ਨੰਬਰ ਤੋਂ। ਕਿੱਥੋਂ ਦਾ ਵੈਸੇ ਨੰਬਰ? USA ਦਾ। USA ਦਾ? ਹਾਂਜੀ। ਕੀ ਆਪਣੇ ਆਪਣਾ ਕੀ ਨਾਮ ਜੀ ਦੱਸਦਾ? ਨਿਸ਼ਾਨ ਸਿੰਘ। ਤੇ ਤੁਸੀਂ ਉਹਨੂੰ ਜਾਣਦੇ ਵੈਸੇ? ਨਹੀਂ ਜੀ। ਕਿਸੇ ਤੇ ਤੁਹਾਨੂੰ ਸ਼ੱਕ ਹੋਵੇ? ਨਾ ਨਾ ਸ਼ੱਕ, ਇੱਥੇ ਲੋਕਲ ਨਹੀਂ ਗਏ ਤੇ ਸਰ। ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6:00 ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਧਰਮ ਕੁੱਟੰਦਾ ਵਾ, ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਆ। ਮਤਲਬ ਕਿਹਦੇ ਤੇ ਗੋਲੀ ਚੱਲੀ, ਕਿੰਨ ਚਲਾਈ? ਤੇ ਦੁਕਾਨ ਸੀਗੀ ਜੀ ਦਿਨੇਸ਼ ਜੀ ਤੇ ਉਹਨਾਂ ਦੁਕਾਨ ਤੇ ਗੋਲੀ ਚੱਲੀ ਹੈਗੀ ਹੈ। ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ, ਹਜੇ ਤੱਕ ਉਹ ਦੋਸ਼ੀ ਕੋਈ ਅਰੈਸਟ ਹੋਇਆ ਜੀ? ਹਾਂਜੀ, ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਜੇਲ੍ਹ ਦੇ ਵਿੱਚ ਨੇ ਸਰ। ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ, ਕੀ ਕਾਰਨ ਹੈ? ਇਹ ਜਾਂਚ ਦਾ ਵਿਸ਼ਾ ਹੈ ਜੀ, ਆਪਾਂ ਉਸ ਦੀ ਇਨਵੈਸਟੀਗੇਸ਼ਨ ਕਰਦੇ ਪਏ ਹਾਂ, ਜੋ ਇਨਵੈਸਟੀਗੇਸ਼ਨ ਸਾਹਮਣੇ ਤੁਹਾਨੂੰ ਸਭ ਕੁਝ ਦੱਸਾਂਗੇ ਜੀ। ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗਾਲ ਰਹੇ, ਕੋਈ ਫੋਟੋਜ਼ ਵਗੈਰਾ ਮਿਲੀ ਉਹਨਾਂ ਦੀ? ਅੱਛਾ ਚੱਲ ਰਿਹਾ ਜੀ, ਜਾਂਚ ਚੱਲਦੀ ਪਈ ਹੈ। ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ? FIR ਲੌਂਚ ਕੀਤੀ ਹੋਈ ਹੈ ਜੀ।